PAP ਵਿੱਚ ਨਵੇਂ ਸਾਲ ਦਾ ਹੱਸਦੇ ਹੱਸਦੇ ਹੋਇਆ ਆਗਾਜ਼। ਪੁਲਿਸ ਦੇ ਜਵਾਨਾਂ ਅਤੇ ਅਫਸਰਾਂ ਨੇ ਜਲੰਧਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਹੱਸਦੇ ਗਾਉਂਦੇ ਅਤੇ ਭੰਗੜਾ ਪਾ ਕੇ ਕੀਤੀ। ਇਹ ਪ੍ਰਬੰਧ ਪੰਜਾਬ ਪੁਲਿਸ ਦੁਆਰਾ PAP ਦੇ ਕੈਂਪਸ ਵਿੱਚ ਕੀਤਾ ਗਿਆ। ਇਸ ਪ੍ਰਬੰਧ ਦਾ ਮਕਸਦ ਪਿਛਲੇ ਸਾਲ ਦੇ ਸਾਰੇ ਤਣਾਵਾਂ ਨੂੰ ਭੁਲਾ ਕੇ ਨਵੇਂ ਸਾਲ ਵਿੱਚ ਹੱਸਦੇ ਹੱਸਦੇ ਪੈਰ ਪਾਉਣਾ ਅਤੇ ਪਬਲਿਕ ਡੀਲਿੰਗ ਵੀ ਇਸੇ ਤਰ੍ਹਾਂ ਮੁਸਕਰਾਉਂਦੇ ਹੋਏ ਕਰਨਾ। ਹੱਸੀ ਦੇ ਇਸ ਸੈਸ਼ਨ ਵਿੱਚ ਤਰ੍ਹਾਂ ਤਰ੍ਹਾਂ ਦੀ ਹਾਸੇ ਹੱਸਣਾ ਸਿਖਾਇਆ ਗਿਆ ਅਤੇ ਉਸਦੇ ਬਾਅਦ ਭੰਗੜਾ ਸ਼ੁਰੂ ਹੋ ਗਿਆ, ਜਿਸ ਵਿੱਚ ਸਾਰੇ ਜਵਾਨ ਅਤੇ ਅਫਸਰ ਨੱਚੇ। ਸਾਰੇ ਲੋਕ ਇਸ ਮੌਕੇ ਉੱਤੇ ਕਾਫ਼ੀ ਖੁਸ਼ ਵਿਖਾਈ ਦਿੱਤੇ ਅਤੇ ਮੀਡੀਆ ਵਾਲੇ ਵੀ ਉਹਨਾਂ ਦੀ ਇਸ ਮਹਿਫਲ ਵਿੱਚ ਸ਼ਾਮਲ ਹੋ ਕੇ ਨੱਚੇ। ਪੰਜਾਬੀ ਗੀਤਾਂ ਦੀਆਂ ਧੁਨਾਂ ਉੱਤੇ ਨੱਚਦੇ ਇਹ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਸਕਦਾ ਹੈ ਕਿ ਵਰਦੀਧਾਰੀ ਇਹ ਜਵਾਨ ਕੀ ਕਰ ਰਹੇ ਹਨ। ਇਸ ਪ੍ਰਬੰਧ ਦਾ ਮਕਸਦ ਹੈ ਕਿ 24 ਘੰਟੇ ਡਿਊਟੀ ਦੇਣ ਵਾਲੇ ਇਹਨਾਂ ਜਵਾਨਾਂ ਦੀ ਨੌਕਰੀ ਬਹੁਤ ਤਣਾਵਾਂ ਭਰੀ ਹੁੰਦੀ ਹੈ ਅਤੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਇਹ ਸਭ ਤਣਾਅ ਭੁੱਲ ਜਾਣ ਅਤੇ ਸਾਲ ਦੀ ਸ਼ੁਰੂਆਤ ਹੱਸਦੇ ਅਤੇ ਨੱਚਦੇ ਹੋਏ ਕਰਨ। ਇਸ ਮੌਕੇ ਉੱਤੇ ਕਮਾਂਡੈਂਟ ਪਵਨ ਉੱਪਲ ਨੇ ਕਿਹਾ ਹੈ ਕਿ ਅਸੀਂ ਇਹ ਸੈਸ਼ਨ ਇਸ ਲਈ ਲਗਾਇਆ ਹੈ, ਅਸੀਂ ਪੁਲਿਸ ਵਾਲੇ ਆਪਣੇ ਕੰਮ ਦੇ ਅਨੁਸਾਰ ਹਮੇਸ਼ਾ ਕਿਸੇ ਨਾ ਕਿਸੇ ਕੰਮ ਲਈ ਜਨਤਾ ਨੂੰ ਮਨਾਉਂਦੇ ਹਾਂ ਤਾਂ ਜਨਤਾ ਸਾਡੇ ਤੋਂ ਰੁਸ਼ਟ ਰਹਿੰਦੀ ਹੈ। ਜੇਕਰ ਇਹਨਾਂ ਸਭ ਦੇ ਚਿਹਰੇ ਮੁਸਕਰਾਉਂਦੇ ਹੋਏ ਹੋਣ ਤਾਂ ਫਿਰ ਇਹ ਕਿਸੇ ਨੂੰ ਮਨਾ ਕਰਨ ਤਾਂ ਉਹਨਾਂ ਨੂੰ ਭੈੜਾ ਨਹੀਂ ਲੱਗੇਗਾ। ਵੀ ਜਦੋਂ ਸਾਲ ਸ਼ੁਰੂ ਹੁੰਦਾ ਜਿਹੜਾ ਕੰਮ ਪਹਿਲੇ ਦਿਨ ਕੀਤਾ ਉਹੀ ਕੰਮ ਬੰਦਾ ਸਾਰਾ ਸਾਲ ਕਰਦਾ, ਇਸ ਕਰਕੇ ਇਹ ਹੱਸੀ ਅਤੇ ਖੁਸ਼ੀ ਦੇ ਨਾਲ ਅਸੀਂ ਜਿਹੜਾ ਹੈ ਇਹਨੂੰ ਚਲਾਉਂਦੇ ਹਾਂ। ਇਸ ਨਵਾਂ ਸਾਲ ਜਿਹੜਾ ਸ਼ੁਰੂ ਕੀਤਾ ਸਾਰੇ ਸਟਾਫ ਦੇ ਨਾਲ ਟ੍ਰੇਨਿੰਗ ਦੇ ਨਾਲ ਬੈਠ ਕੇ ਜਿਹੜਾ ਇਹਨੂੰ ਲਾਫਿੰਗ ਸੈਸ਼ਨ ਕਰਦੇ ਹਾਂ। ਉਹਦੇ ਨਾਲ ਇੱਕ ਤਾਂ ਸਟ੍ਰੈਸ ਰਿਲੀਜ਼ ਹੁੰਦਾ ਆ, ਜਦੋਂ ਬੰਦਾ ਕੋਈ ਹੱਸਦਾ ਆ ਤਾਂ ਉਹਨੂੰ ਸਟ੍ਰੈਸ ਨਹੀਂ ਰਹਿੰਦਾ, ਉਹ ਸਟ੍ਰੈਸ ਰਿਲੀਜ਼ ਹੁੰਦਾ। ਦੂਸਰਾ ਹੱਸਦਾ ਚਿਹਰਾ ਜਿਹੜਾ ਹੈ, ਕਿਉਂਕਿ ਸਾਡਾ ਕੰਮ ਜਿਹੜਾ ਹੈ ਪੁਲਿਸ ਦਾ ਉਹ ਲੋਕਾਂ ਦੀ ਸੇਵਾ ਦਾ ਕਰਨਾ ਹੈ, ਸਰਵਿਸ ਹੈ, ਉਹਦੇ ਵਿੱਚ ਜੇ ਅਸੀਂ ਉਹੀ ਕੰਮ ਹੱਸੀ ਖੁਸ਼ੀ ਦੇ ਨਾਲ ਕਰਾਂਗੇ ਲੋਕਾਂ ਨੂੰ ਜਿਹੜਾ ਹੈ ਉਹ ਚੰਗਾਪਣ ਮਹਿਸੂਸ ਹੁੰਦਾ। ਜੇ ਉਹੀ ਕੰਮ ਅਸੀਂ ਰੂੜ ਬੋਲਾਂਗੇ ਕਿਸੇ ਦੇ ਨਾਲ ਹੋਰ ਤਾਂ ਉਹੀ ਕੰਮ ਜਿਹੜਾ ਹੈ ਉਹ ਲੋਕ ਉਸ ਕੰਮ ਨੂੰ ਚੰਗਾ ਨਹੀਂ ਸਮਝਦੇ। ਇਸ ਕਰਕੇ ਇਹ ਜਿਹੜਾ ਹੈ ਅਸੀਂ ਪੰਜਾਬ ਪੁਲਿਸ ਜਿੰਨੇ ਵੀ ਟ੍ਰੇਨਿੰਗ ਆਉਂਦੇ ਆ ਉਹਨਾਂ ਵਾਸਤੇ ਅਸੀਂ ਵੈਸੇ ਵੀ ਇਹ ਸੈਸ਼ਨ ਕਰਦੇ ਹਾਂ, ਲੇਕਿਨ 1 ਜਨਵਰੀ ਦਾ ਸੈਸ਼ਨ ਜਿਹੜਾ ਹੁੰਦਾ ਉਹ ਖਾਸ ਕਰਕੇ ਮਹੱਤਵ ਆ ਕਿ ਅਸੀਂ ਸਾਰਿਆਂ ਨੂੰ ਹੱਸ ਕੇ ਡਿਊਟੀ ਕਰਨਾ ਜਿਹੜਾ ਹੈ ਉਹ ਇੱਥੇ ਸਿਖਾਇਆ ਜਾਂਦਾ ਕਿ ਹੱਸ ਕੇ ਤੁਸੀਂ ਕਿਸ ਤਰੀਕੇ ਨਾਲ ਡਿਊਟੀ ਵੱਲੋਂ ਅਤੇ ਪੂਰੀ ਪੰਜਾਬ ਪੁਲਿਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੇਰੇ ਵੱਲੋਂ ਅਤੇ ਪੰਜਾਬ ਪੁਲਿਸ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿਵੇਂ ਸਾਡੇ ਲਈ ਇਹ ਸਾਲ ਤਰੱਕੀ ਭਰਿਆ ਰਿਹਾ ਹੈ, ਸਾਨੂੰ ਨਿਊ ਜੁਆਇਨਿੰਗ ਹੋਈ ਹੈ ਅਤੇ ਅਸੀਂ ਇਸ ਦੀ ਸ਼ੁਰੂਆਤ ਹੱਸ ਕੇ ਅਤੇ ਇੰਜੋਏ ਕਰਕੇ ਸ਼ੁਰੂ ਕੀਤੀ ਹੈ ਅਤੇ ਤੁਹਾਡਾ ਸਾਰਿਆਂ ਦਾ ਵੀ ਇਹ ਸਾਲ ਇੱਦਾਂ ਹੀ ਰਹੇ। ਅਸੀਂ ਜਿਵੇਂ ਸਾਨੂੰ ਤਰੱਕੀਆਂ ਮਿਲੀਆਂ ਨੇ ਤੁਹਾਨੂੰ ਵੀ ਪਰਮਾਤਮਾ ਤਰੱਕੀਆਂ ਦੇਵੇ। ਸਾਡੇ ਲਈ ਇਹ ਸਾਲ ਬਹੁਤ ਵਧੀਆ ਰਿਹਾ, ਬਹੁਤ ਜ਼ਿਆਦਾ ਸਾਨੂੰ ਦੂਜਾ ਸਾਡਾ ਪਰਿਵਾਰ ਮਿਲ ਗਿਆ ਇੱਥੇ ਆ ਕੇ। ਅਸੀਂ ਆਪਣੇ ਪਰਿਵਾਰ ਤੋਂ ਅੱਜ ਸਾਨੂੰ ਮਹਿਸੂਸ ਨਹੀਂ ਹੋਇਆ ਅਸੀਂ ਘਰ ਨਹੀਂ ਗਏ, ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀਆਂ ਮਿਲੀਆਂ। ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ। ਮਾਤਾ ਜੀ, ਮੇਰੇ ਵੱਲੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਪੰਜਾਬ ਪੁਲਿਸ ਵੱਲੋਂ। ਮੈਂ ਸਾਰੇ ਹੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ, ਸਾਡੇ ਸਮੂਹ ਡਿਪਟੀ ਸਾਹਿਬ, ਕਮਾਂਡ ਸਾਹਿਬ, ਅਫਸਰਾਂ ਵੱਲੋਂ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਨਵੇਂ ਸਾਲ ਦੀ। ਅੱਜ ਸਾਡੇ ਇੱਥੇ ਨਵੇਂ ਸਾਲ ਦਾ ਰੰਗ ਰੰਗ ਪ੍ਰੋਗਰਾਮ ਕੀਤਾ ਗਿਆ ਸੀ, ਜਿਹਦੇ ਵਿੱਚ ਸਾਰੇ ਟ੍ਰੇਨਿੰਗ ਕਰ ਰਹੇ ਕਰਮਚਾਰੀਆਂ ਨੂੰ ਬਹੁਤ ਹੀ ਪਾਰਟੀ ਇੱਥੇ ਪਾਰਟੀ ਇੱਕ ਦਿੱਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੂੰ ਹਸਾਇਆ ਗਿਆ। ਮੈਡੀਟੇਸ਼ਨ ਅੱਗੇ ਤਰੱਕੀ ਕਰਨ ਦੇ ਲਈ ਕੁਛ ਤਰੀਕੇ ਦੱਸੇ ਗਏ ਨੇ, ਕਿਸ ਤਰ੍ਹਾਂ ਉਹਨਾਂ ਨੇ ਤਰੱਕੀ ਪ੍ਰਾਪਤ ਕਰਨੀ ਹੈ। ਔਰ ਹਸਾ ਇਹਦੇ ਨਾਲ ਇਸਦਾ ਮੁੱਖ ਮੋਟਿਵ ਸਾਡਾ ਇਹ ਸੀਗਾ ਇੱਥੇ ਟ੍ਰੇਨਿੰਗ ਦੇ ਵਿੱਚ ਕਿ ਜੋ ਸਵੇਰ ਸ਼ਾਮ ਦੀ ਦੌੜ ਭੱਜ ਨੱਠ ਹੈ, ਡਿਪਰੈਸ਼ਨ ਦੇ ਵਿੱਚ ਕਈ ਕਰਮਚਾਰੀ ਆ ਜਾਂਦੇ ਨੇ ਗੇ, ਹੱਸਣਾ ਖੇਲਣਾ ਭੁੱਲ ਜਾਂਦੇ ਨੇ। ਇਸ ਤਰੀਕੇ ਦੇ ਨਾਲ ਦੌਰਾਨ ਸਾਨੂੰ ਹੱਸਣ ਦਾ ਬੜਾ ਵਧੀਆ ਮੌਕਾ ਮਿਲਿਆ ਸੀ, ਸਾਰੇ ਅਫਸਰਾਂ ਦੇ ਨਾਲ ਬੜਾ ਹੀ ਖੁੱਲ੍ਹ ਕੇ ਇੰਜੋਏ ਕੀਤਾ, ਖੁਸ਼ੀ ਮਨਾਈ ਹੈ। ਸੋ ਇੱਕ ਵਾਰ ਦੁਬਾਰਾ ਫਿਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬ ਪੁਲਿਸ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਨਵੇਂ ਸਾਲ ਦੀ। ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਸਤਿ ਸ਼੍ਰੀ ਅਕਾਲ ਜੀ।